यार इत माहौल है जी एयरपोर्ट चाह रहे पूरा वेट कर दे जे जी वेटिंग हो रही है वेटिंग शैल बिस्मिल्लाहिर्रहमानिर्रहीम अस्सलाम वालेकुम की हाल है तुहाडे सारयां दा उम्मीद करना तुसीं ठीक ठाक होवोगे फिट होवोगे वधिया होवोगे ते बड़े मजे च होवोगे अज्ज दा व्लॉग करना शुरू व्लॉग शुरू होने तो पहला सब तो पहला तो कर दो अपना चैनल मां पिंडू सबसक्राइब करके कमेंट करके दस व्लॉग कैसा लगा तो चाहना कि जिहड़ा नहीं प्लैन बने चले आ एयरपोर्ट सब तो पहला तो पवन लगे जी गड्डी च तेल मैं व्लॉग शुरू मैं जशान गड्डी की तेरे बहुत मुनाफा ले लिया जनेद कार एयरपोर्ट इधर पढ़ाने आना दस साल बाद पढ़ू शुगर मेला तकरीबन अज भी दस ग्यारह काफी टाइम लगना फ्लाइट लैंड होंगे ਉਨੀ ਦੇਰ ਜਿਹੜਾ ਨਹੀਂ ਚਿਲ ਮੋਲ ਕਰਨੀ ਮੇਰਾ ਦਿਲ ਕਰਦਾ ਤੁਹਾਨੂੰ ਖਵਾ ਪਿਆ ਲਿਆਵਾਂ ਫੇਰ ਨਵੀਂ ਗੱਡੀ ਤੂੰ ਸਾਜੀ ਕੱਲ ਲੱਭਾਂਗੇ ਸਟਾਟਾ ਵੇਖ ਕੇ ਆਏ ਗੱਡੀ ਜਿਹੜੀ ਲੈਣੀ ਹੋਵੇ ਇਧਰ ਵੇਖੀ ਫਰਾਈਜ਼ ਇਥੋਂ ਫਰਾਈਜ਼ ਵੀ ਖਾਦੀ ਨਾ ਤੇ ਪੈਸੇ ਵਾਵਾ ਲੱਗ ਜਾਏ ਤੂੰ ਫਰਾਈਜ਼ ਤੂੰ ਨਹੀਂ ਅੱਜ ਨਹੀਂ ਮੈਂ ਫੇਰ ਕਿਤੇ ਦਾ ਹਾਲ ਦੇ ਅੰਦਰ ਆ ਗਏ ਚਾਹੇ ਆ ਜੀ ਇੱਥੇ ਮਾਹੌਲ ਹੈ ਜੀ ਉਹ ਡਰ ਲੱਗਦਾ ਜੀ ਪਿਆ ਡਰ ਲੱਗ ਕੇ ਵਿਆਹ ਲਾ ਮੈਨੂੰ ਡਰ ਕੇ माल च माहौल है ला अच्छा तेन जाने उतू जी चीज पता करनी इतने ही सानू साल लग जाए तो कुछ भी नहीं तीन फ्लोर माल दे फुल थलू जरा शुरू हो तीन फ्लोर फिर चले वीडियो सुनना चलो चलो अद्धा टाइम सीढ़िया लंघ दे निकल जाना माल का
ਆਉਂ ਜਹੀ ਚੌਥੇ ਫਲੋਰ ਤੇ ਆ ਗਏ ਕਿਉਂਕਿ ਅਸੀਂ ਸਭ ਤੋਂ ਥੱਲੂ ਆਏ ਫੁੱਲ ਉੱਤੇ ਆ ਗਏ ਜੀ ਉਹ ਸਾਹਮਣੇ ਕਲਾਕ ਟਾਵਰ ਜੇ ਸਾਹਮਣੇ ਚੈੱਕ ਕਰੋ ਤਸਵੀਰਾਂ ਇੱਥੇ ਹੀ ਆਏ ਆ ਤਸਵੀਰਾਂ ਬਣਾਉਣ ਹੋਰ ਕੁਛ ਨਹੀਂ ਕਰਨਾ ਆਏ ਖਾਣ ਪੀਣ ਕੁਛ ਵੀ ਨਹੀਂ ਆਏ ਬਸ ਤਸਵੀਰਾਂ ਬਣਾਉਣੀਆਂ ਮੁੰਡੇ ਜਰਾਂ ਦੀ ਤਕਰੀਬਨ ਕਾਫੀ ਦੇਰ ਹੋ ਗਈ ਤੁਸੀਂ ਕਿੱਥੇ ਤੁਰ ਗਏ ਮੁੰਡੇ ਆਉਂਦੇ ਨੇ ਜਾਂਦੇ ਆ ਲਿਫਟ ਤੇ ਜਾਣਾ ਮੈਂ ਕਿਹਾ ਚਲੋ ਪੇਂਡੂ ਬੰਦੇ ਮਾਲ ਜਾਣਦੇ ਹਾਂ ਜੀ ਕਿਉਂ ਜੀ ਸਾਨੂੰ ਚਲੋ ਯਾਰ ਲਿਫਟ 'ਚ ਚਲੋ ਲਿਫਟ ਚੈੱਕ ਕਰੋ ਜੀ ਆਉਣ ਜੀ ਪਰਲੀ ਸਾਈਡ ਤੇ ਸਭ ਕੁਝ ਲੱਗੇਗਾ ਮਾ ਓਏ ਤੱਲੇ ਇਹਨਾਂ ਨੂੰ ਤੱਲੇ ਡਿੱਗਣ ਲੱਗਾ ਆਹੋ ਇਹਦੇ ਤੇ ਚੱਲਨੇ ਆ ਸਭ ਤੋਂ ਥੱਲੇ ਨਹੀਂ ਨਹੀਂ ਆ ਗਏ ਸਿੱਧੀਆਂ ਚਲੋ ਠੀਕ ਹੈ ਜਾਣ ਦੋ ਐਕਸੀਡੈਂਟ ਕਰੋ ਉਹ ਜੇ ਕਲਾਕ ਟਾਵਰ ਅਸੀਂ ਸਿੱਧਾ ਹੀ ਨਿਕਲ ਜਾਂਦੇ ਪੂਰੀ ਲਾਈਟਿੰਗ ਹੋਈ ਹੈ ਜੀ ਇਹ 14 ਅਗਸਤ ਹੀ ਨਾ ਦੇਖਿਓ ਅੱਗੇ ਹਰੀ ਤੇ ਚਿੱਟੀ ਲਾਈਟਿੰਗ ਹਾਂਜੀ ਉਸਤਾਦ ਜੀ 14 ਅਗਸਤ ਮਨਾਈ 11 ਵੱਜ ਕੇ 36 ਮਿੰਟ ਹੋ ਗਏ ਨੇ ਅਤੇ ਏਅਰਪੋਰਟ ਵਾਲੇ ਰੋਡ ਤੱਕ ਅਸੀਂ ਪਹੁੰਚੇ ਨਹੀਂ ਹਾਲੇ ਉਸ ਦਿਨ ਆਏ ਹਾਂ ਪਾਣੀ ਆਇਆ ਜੀ ਅੱਜ ਵੀ ਫੁੱਲ ਜੀ ਰਿਪੋਰਟ ਦੇ ਕੋਲ ਆ ਗਏ ਜੀ ਤੇ ਇੱਥੋਂ ਜਿਹੜਾ ਨੀ ਪਿੰਡੂ ਤੁਰੇ ਆ ਜੀ ਤਾਂ ਕੁਛ ਖਾਧਾ ਪੀਤਾ ਇਹਨੇ ਬੋਤਲ ਲਿਆਣੀ ਜੇ ਪਾਣੀ ਹੈਲੋ ਸਰ ਜੀ ਕਿੰਨੇ ਵਜੇ ਦੇ ਫਲੈਟ ਹੀ ਪੜਾ ਦੀ ਜਿਹੜਾ ਮਰਜ਼ੀ ਉਸਤਾਦ ਜੀ ਖਾ ਲਓ ਅੱਜ ਫੇਰ ਵੀ 8 ਸਾਲ ਨਹੀਂ 12 ਵਾ ਕੇ 7.5 ਸਾਲ ਭਾਜੀ ਸਹੀ ਖਾ ਪੀ ਕੇ ਤੇ ਫਿਰ ਅੱਗੇ ਕੱਖ ਜਿਹੜਾ ਨੀ ਲੰਮਾ ਸਾਡੇ ਕੋਲ ਟਾਈਮ ਹੈ 2.5 ਘੰਟੇ ਨੇ ਸੁਬਹ ਅੱਜ ਵੀ ਹੋਈ ਜਾਂਦੀ ਏਅਰਪੋਰਟ ਦੇ ਅੰਦਰ ਇੰਟਰ ਹੋਣ ਲੱਗੇ ਇਸ ਤਕਰੀਬਨ ਹਫ਼ਤੇ ਡੇਢ ਦੇ ਵਿੱਚ ਅਸੀਂ ਤੀਸਰੀ ਵਾਰੀ ਏਅਰਪੋਰਟ 'ਚ ਆ ਗਏ ਅੱਜ ਮੈਂ ਦੋ ਹਫ਼ਤੇ ਅੱਜ ਮਾਹੌਲ ਚੱਲ ਹੋਣਾ ਹੀ ਚਾਹੇ ਜਦੋਂ ਵੀ ਜਾਣਾ ਇਹਨੂੰ ਛੱਡਣ ਜਾਣਾ ਇਹਦੇ ਭਰਾ ਨੂੰ ਫਿਰ 15 ਦਿਨਾਂ ਬਾਅਦ ਲੈ ਜਾਣਾ ਅੱਛਾ ਜੀ ਹਾਂ ਉਦਨ ਕੀ ਆਈਂਦਾ ਕੀ ਪਤਾ ਉਦਨ ਗੱਡੀ ਹੋਰੇ ਕਿਹੜੀ ਲੈਣੀ ਆ ਵੀ ਵੇਚਣੀ ਹੋਏ ਮੈਂ ਜਿਸ ਦਾ ਵੀ ਵੇਚਣੀ ਕਰੋਨਾ ਲੈਣੀ ਕਰੋਨਾ ਲਿਆ ਵਾਂਗੇ ਚੱਲੋ ਭਾਵੇਂ ਜੋ ਵੀ ਥੋੜੀ ਉਹ ਚੀਜ਼ ਹੈ ਪਹਿਲੇ ਸੁਣ ਏਅਰਪੋਰਟ ਆ ਗਈ ਮੈਨੂੰ ਵੀ ਘੁੰਡਾ ਦਿਓ ਮੈਂ ਉਦੋਂ ਘੁੰਡਾ ਮਾਰਦਾ ਏਅਰਪੋਰਟ ਤੇ ਆ ਗਏ ਹਾਂਜੀ ਆਈ ਆ ਬਾਈ ਬਾਈ ਜਲਦੀ ਆਈ ਗੱਡੀ ਪਾਰ ਕਰਨ ਤੁਰ ਗਏ ਕੋਈ ਜਹਾਜ਼ ਲੈਂਡ ਹੋਇਆ ਜੀ ਉੱਡਣ ਲੱਗਾ ਜੀ ਇਹਨਾਂ ਦੇ ਕੰਮ ਇੱਕ ਹੋਏ ਜੀ ਤੇ ਫਿਰ ਤੁਰ ਰਹੇ ਜੀ ਆ ਜੀ ਉਹ ਚੌਧਰੀ ਐਂਡ ਕਰ ਗਏ ਯਾਰ ਇੱਥੇ ਹੁਣ ਤਕਰੀਬਨ 2.5 ਘੰਟੇ ਸਾਨੂੰ ਵੇਟ ਕਰਨਾ ਪੈਣਾ ਏਅਰਪੋਰਟ ਬੈਟਰੀ ਭਰੀ ਆ ਜੀ 5 ਘੰਟੇ ਲੱਗ ਸਕਦੇ ਅੱਛਾ ਸਾਢੇ 12 ਹੋ ਗਏ ਜੇ ਤੇ ਏਅਰਪੋਰਟ 'ਚ ਇੰਜ ਰਸ਼ ਜਿਵੇਂ ਹੀ ਫੁੱਲ ਦੇਣੇ ਫੁੱਲ ਦਿਨੇ ਵੀ ਨਹੀਂ ਇੰਨਾ ਰਸ਼ ਹੁੰਦਾ ਹਰ ਪਾਸੇ ਵਾਮ ਲੱਗੀ ਇੱਥੇ ਲੋਕ ਵੇਟ ਕਰ ਰਹੇ ਜੀ ਹਾਲਤ ਨੂੰ ਇਗਨੋਰ ਕਰੋ ਯਕਦਮ ਨਹੀਂ ਜਿਹੜਾ ਨਹੀਂ ਉਹਦੇ ਭਰਾ ਨੇ ਫੋਨ ਕੀਤਾ ਤੇ ਲੈਣ ਆ ਗਏ ਤਕਰੀਬਨ ਜਿਹੜਾ ਨਹੀਂ ਪਰ ਉੱਥੇ ਬਹਿ ਕੇ ਉਹਦੀ ਫਲੈਟ ਪੜਾ ਦੀ ਉਹਦੇ ਥੋੜ੍ਹੀ ਜਿਹੀ ਫਲੈਟ ਹਜੇ ਆਉਣ ਡਈ ਮਤਲਬ ਉਹਨੇ ਮੈਸੇਜ ਕਰ ਦਿੱਤਾ ਸੀ ਤਾਂ ਪਰਦੇਸੀਆਂ ਦੀ ਜਿਹੜੀ ਫੀਲਿੰਗ ਵੇਖੀ ਹੈ ਨਾ ਯਕੀਨ ਕਰੋ ਜਿਹੜੀ ਵਾਮ ਆਉਂਦੀ ਹੈ ਅਤੇ ਉਹਨਾਂ ਨੂੰ ਰਿਸੀਵ ਕਰਦੇ ਨੇ ਛੱਡਣ ਤੇ ਭਰਿਆਂ ਨੂੰ ਆਏ ਆ ਕਿਉਂ ਉਸਤਾਦ ਜੀ ਫੀਲਿੰਗ ਉਹਨਾਂ ਦੀ ਵੇਖੀ ਹੈ ਯਕੀਨ ਕਰੋ ਦਿਲ ਖੁਸ਼ ਹੋ ਗਿਆ ਜਿਹੜਾ ਆਉਂਦਾ ਜਾਣ ਵਾਲੇ ਤੇ ਨਾਰਾਜ਼ ਹੋ ਮਤਲਬ ਦਿਲ ਤੇ ਪੱਥਰ ਰੱਖ ਕੇ ਜਾਂਦੇ ਨੇ ਮੁਲਕ ਕਿਹਦਾ ਛੱਡਣ ਤੇ ਦਿਲ ਕਰਦਾ ਕਿੰਨੀ ਕੁ ਦੇਰ ਲਵਾਉਣੀ ਆ ਫਿਰ ਉਹਨੇ
ਯਾਰ ਉਹਨੇ ਕਿਹਾ ਬਾਬਾ ਫਲੈਟ 'ਚ ਬਹਿ ਗਏ ਆ। ਅੱਛਾ ਤੇ ਗੁੜਾ ਬਜਾ ਤੂੰ ਐਵੇਂ ਹੁਣੇ ਬੈਟਿੰਗ 'ਚ ਲਾ ਖੜਿਆ ਸਾਨੂੰ ਹੋਰੇ ਕਿੱਥੋਂ ਦੀ ਫਲੈਟ ਆਈ ਹੈ ਪੁੱਛਦੇ ਸਹੀ ਕਿਸੇ ਨੂੰ। ਐ ਸੁਣੋ ਇੱਥੇ ਇਸ ਜਗ੍ਹਾ ਦੇ ਅੱਗੇ ਰਸ਼ ਹੀ ਰਸ਼ ਹੈ ਜੀ ਜਦੋਂ ਫਲੈਟ ਆਈ ਤੇ ਹੁਣ ਵੇਖੋ ਇੱਕ ਵਾਰੀ ਤੇ 27 ਮਿੰਟ ਹੋ ਗਏ ਜਿੱਤੇ ਆਈ ਹੋਈ ਅਸੀਂ ਪੇਟਿੰਗ 'ਚ ਜੀ ਭਾਈ ਚਲੇ ਜਿਹੜੇ ਟੁੱਟ ਰਹੇ ਆ ਸਲੋ ਮੋ ਬਣਾਉਂਦੇ ਆ ਸਲੋ ਬਾਅਦ 'ਚ ਫੋਟੋ ਖਿੱਚ। 2 ਵੱਜ ਗਏ ਜੇ ਤੇ 2:30 ਵਜੇ ਫਲੈਟ ਇੱਥੇ ਲੈਂਡ ਕਰਨੀ ਜੇ ਤੇ ਚਾਹ ਜਿਹੜਾ ਨਹੀਂ ਹੁਣ ਪੀਣ ਲੱਗੇ ਜੇ ਟੀ ਲਵ ਨੀਂਦਰ ਆਉਣ ਲੱਗ ਪਈ ਨਾ ਮੈਂ ਨੀਂਦਰ ਨਾ ਆਏ ਹਾਲਤ ਨੂੰ ਇਗਨੋਰ ਕਰਿਓ ਐਵੇਂ ਚੁੱਕ ਲਿਆ ਇਹ ਜੇ ਬਸ ਰਾਏ ਜਾਂਦੇ ਆਉਂਦੇ ਨੇ ਪੜ੍ਹਾਉਣ ਆਉਣਾ ਐਮਰਜੈਂਸੀ ਅਤੇ ਉਹਨੂੰ ਲੈਣ ਜਾਣਾ। ਬਾਕੀ 3 ਵੱਜ ਚੱਲੇ ਜੇ ਇੱਥੇ ਏਅਰਪੋਰਟ 'ਤੇ ਸਾਹਿਬ 5 ਘੰਟੇ ਰਹੇ ਹਾਂ ਏਅਰਪੋਰਟ 'ਤੇ ਬਾਅਦ ਤਕਰੀਬਨ ਜਿਹੜਾ ਨੇ 30 ਵਾਲੀ ਮੂੰਹ ਧੋਣ ਆ ਗਏ ਜੇ 5 ਘੰਟੇ ਰਹੇ ਹਾਂ ਅਤੇ ਅੱਜ ਦਾ 3 ਵੱਜ ਕੇ 15 ਮਿੰਟ ਹੋਏ ਜੇ ਅਤੇ ਲਾਨ ਹੋਇਆ ਫਲੈਟ ਆਈ ਇੱਕ ਅਤੇ ਜਾ ਕੇ ਵੇਹਨੇ ਹਾਂ ਅਤੇ ਆ ਜੀ ਆਈਓ ਉਹਨੂੰ ਕੋਈ ਇੰਤਜ਼ਾਰ ਦੀਆਂ ਘੜੀਆਂ ਖਤਮ ਹੀ ਕਰ ਦੇ ਉਦੋਂ ਦਾ ਵੇਟ ਕਰ ਦੇ ਜਾਵੇ ਜੀ ਸਾਰੀ ਆਹੜੀ ਫਲੈਟ ਆ ਅੱਜ ਰਾਤ ਦੀ ਜਿਹਦੇ ਜਾਣਾ ਬੰਦੇ ਤਕਰੀਬਨ ਜਿਹੜਾ ਨੀ 6 ਘੰਟਿਆਂ ਬਾਅਦ ਕੋਈ ਸ਼ੈ ਲਿਆਂਦੀ ਆ ਢਿੱਲ ਦੱਸਿਆ ਮੈਂ 4 ਵਜੇ ਉਹ ਆਪਣੇ ਵੀ ਉੱਥੇ ਰਹਿ ਗਏ ਨੇ ਉਹ ਚਾਰਜਰ ਵੀ ਨਹੀਂ ਚੜਦੇ ਆ ਉਤਰਦੇ ਵੀ ਲੱਗੇ ਨੇ ਬਾਕੀ ਹੋਰ ਘੁੰਮਦੇ ਆਹੋ ਬਾਕੀ ਨਹੀਂ ਲੱਗੇ ਉਹ ਵੀ ਚੈੱਕ ਕਰ ਲੈ ਵੀ ਆਣੇ ਆਹੋ ਜੀ ਫਿਰ 3:19 ਹੋ ਗਏ ਜੇ ਏਅਰਪੋਰਟ ਤੋਂ ਜਿਹੜਾ ਨਹੀਂ ਅਸੀਂ ਨਿਕਲਣ ਲੱਗੇ ਵੇਖ ਲਓ ਜੀ ਏਅਰਪੋਰਟ ਦਾ ਨਜ਼ਾਰਾ ਹੁਣ ਪਤਾ ਨਹੀਂ ਕਿੱਦਾਂ ਆਉਣਾ ਬਾਕੀ ਨਿਕਲਨੇ ਆ ਪਿੰਡ ਨੂੰ ਗੱਡੀ 'ਚ ਬਹੋ ਬਾਈ ਅਨ ਸਾਹਿਬ ਇੱਧਰ ਵੇਖੋ ਤੁਸੀਂ ਡਿੱਕੀ 'ਚ ਬਹੋ ਤੁਸੀਂ ਜਹਾਜ਼ 'ਚ ਵੀ ਡਿੱਕੀ 'ਚ ਬਹਿ ਕੇ ਆਇਓ ਨਹੀਂ ਨਹੀਂ ਜਹਾਜ਼ ਦੇ ਵਿਚਕਾਰ ਬਹਿ ਕੇ ਆਏ ਨਾ ਅੱਗੇ ਨਾ ਪਿੱਛੇ ਵਿਚਕਾਰ ਰੋਟੀ 'ਚ ਬਰਿਆਨੀ ਬਰਿਆਨੀ ਨਾਲ ਹੋਰ ਖੀਰ ਦਿੱਤੀ ਹੈ ਨਾ ਮਿੱਠੀ ਕਿਹੜੀ ਖੀਰ ਨਹੀਂ ਉਹ ਮਿੱਠੇ ਚੌਲ ਅੱਛਾ ਹਮਨੇ ਨਾ ਮੈਂ ਜੇ ਦੀਨੇ ਤੇ ਤੂੰ ਇਕੱਲੇ ਹੀ ਆਉਣਾ ਯਾਰ ਕੋਈ ਚੀਜ਼ ਮੈਂ ਲੈ ਆਉਂਦਾ ਹੋਰ ਕੁਛ ਤੇ ਖਾ ਪੀ ਲਈਏ ਹੁਣ ਜਾ ਕੇ ਸੋਣਾ ਜੀ ਆਰਡਰ ਕੀ ਦਿੱਤਾ ਜੀ ਆਰਡਰ ਚਿਕਨ ਪਰਾਠੇ ਪਰਾਠਾ ਖਾਣ ਨੀ ਬੇਲੀ ਵਾਲੀ ਲਗਾ ਐ ਬਾਹਰੋਂ ਪਿੰਡ ਤੇ ਪੱਕਦੇ ਰੋਜ਼ ਪਰਾਠੇ ਨਾਲ ਚਾਹ ਤੇ ਲੱਸੀ ਦੋਏ ਚੀਜ਼ਾਂ ਆ ਗਈਆਂ ਜਿਹਨੇ ਜੋ ਖਾਣਾ ਪੀਣਾ ਉਹਨੇ ਉਹ ਮੰਗਾ ਲਿਆ ਚਲੋ ਆਇਓ ਤਕਰੀਬਨ 7-8 ਘੰਟੇ ਹੋ ਗਏ ਨੇ ਸਾਨੂੰ ਨਿਕਲਿਆ ਤੇ ਬੈਟਰੀ ਬਿਲਕੁਲ ਥੋੜੀ ਉਹਦੇ ਦਾ ਵਲੌਗ ਬਣਾ ਰਹੇ ਹਾਂ ਤੇ ਬਾਕੀ ਹੁਣ ਜਿਹੜਾ ਨੀ ਇਨਸ਼ਾਅੱਲਾ ਤੁਹਾਨੂੰ ਪਿੰਡ ਜਾ ਕੇ ਮੁਲਾਕਾਤ ਹੋਏਗੀ ਸੁਬਾਹ ਸੁਬਾਹ ਦੇ ਤਾਜ਼ੀ ਹਵਾ ਆਈ ਠੀਕ ਹੈ ਫਿਰ ਤਾਂ ਜਾ ਕੇ ਦੋ ਸਰਪ੍ਰਾਈਜ਼ ਫੈਮਿਲੀ ਨੂੰ ਓਕੇ ਓਕੇ।